ਅਗਰ ਬਲੈਕਸਟੋਨ ਦੇ ਵਿੱਚ ਬੱਚਾ ਆ ਰਿਹਾ ਹੈਗਾ 90% ਉਹਦੇ ਵੀਜ਼ਾ ਲੱਗੇਗਾ। ਸਾਡਾ ਮੇਨ ਮਕਸਦ ਇਹੀ ਹੈ ਕਿ ਅਗਰ ਬੱਚੇ ਦੀ ਐਲੀਜੀਬਿਲਿਟੀ ਕੰਪਲੀਟ ਹੁੰਦੀ ਹੈ, ਜੇ ਉਹਦੇ ਵੀਜ਼ਾ ਦੇ ਚਾਂਸਸ ਹੈਗੇ ਨੇ, ਫਿਰ ਹੀ ਅਸੀਂ ਉਹਦੀ ਫਾਈਲ ਸਾਡਾ ਸਟਾਫ ਤੇ ਅਸੀਂ ਫੜਦੇ ਹਾਂ, ਅਦਰਵਾਈਜ਼ ਅਸੀਂ ਸਾਫ ਮਨਾ ਕਰਦੇ ਹਾਂ। ਲੇਟੈਸਟ ਇੱਕ ਮੇਰੇ ਨਾਲ ਇੰਸੀਡੈਂਟ ਹੋਇਆ ਕਿ ਮੈਂ ਅੱਜ ਤੋਂ 4 ਮੰਥ ਪਹਿਲਾਂ ਇੱਕ ਬੱਚੇ ਨੂੰ ਮਨਾ ਕੀਤਾ, ਤੇਰੇ ਲਈ ਰਾਈਟ ਟਾਈਮ ਨਹੀਂ ਅਪਲਾਈ ਕਰਨ ਦਾ, ਯੂ ਹੈਵ ਟੂ ਵੇਟ ਐਟਲੀਸਟ 3 to 4 months। ਬਟ ਉਹਨੇ ਵੇਟ ਨਹੀਂ ਕੀਤਾ, ਉਹ ਕਿਸੇ ਹੋਰ ਕੰਸਲਟੈਂਟ ਕੋਲ ਗਿਆ ਤੇ ਆਪਣੀ ਫਾਈਲ ਜਿਹੜੀ ਹੈਗੀ ਉੱਥੇ ਲਗਾਤੀ, ਹੈ ਨਾ, ਤੇ ਹੁਣ ਉੱਥੇ ਉਹਦਾ ਕੋਈ ਰਿਸਪੋਂਸ ਨਹੀਂ ਆਇਆ। ਦੁਬਾਰਾ ਫਿਰ ਆਇਆ ਤੇ ਅੱਜ ਮੇਰੇ ਕੋਲ ਉਹ ਫੇਰ ਆਇਆ ਔਰ ਮੈਨੂੰ ਕਾਲ ਕੀਤੀ ਕਿ ਮੈਮ ਮੈਂ ਤੁਹਾਨੂੰ ਮਿਲਿਆ ਸੀ ਇੰਨਾ ਟਾਈਮ ਪਹਿਲਾਂ ਔਰ ਮੇਰੀ ਹੁਣ ਤੁਸੀਂ ਫਾਈਲ ਲਓ, ਔਰ ਮੇਰਾ ਸੇਮ ਆਨਸਰ ਸੀ ਕਿ ਯੂ ਹੈਵ ਟੂ ਵੇਟ। ਇਹ ਦੇਖਣ ਦੇ ਵਿਚ ਆ ਰਿਹਾ ਕਿ ਕਈ ਇਮੀਗ੍ਰੇਸ਼ਨ ਆਫਿਸ ਬੰਦ ਹੋ ਰਹੇ ਨੇਗੇ। ਇੰਨਾ ਜਿਹੜਾ ਫਲੌਪ ਹੈ ਉਹ ਕਦੇ ਨਹੀਂ ਗਿਆ ਸੀਜ਼ਨ ਸਾਡਾ, ਕਿਉਂਕਿ ਇਸ ਟਾਈਮ ਤੇ ਨੋ ਡਾਊਟ ਕਿ ਇੰਡਸਟਰੀ ਜਿਹੜੀ ਹੈਗੀ ਆ ਉਹ ਡਾਊਨ ਹੈ ਕਿਤੇ ਨਾ ਕਿਤੇ। ਹੁਣ ਇੰਨਾ ਹੀ ਰੂਲ ਚੇਂਜ ਹੋਣ ਤੋਂ ਬਾਅਦ ਕੈਨੇਡਾ ਨੇ ਵੀ, ਉਹਨਾਂ ਦਾ ਵੀ ਇਹੀ ਮੈਸੇਜ ਆ ਕਿ ਸਾਨੂੰ ਵੀ ਫਿਲਟਰੇਸ਼ਨ ਕਰ ਲਈ ਹੈ ਕਿ ਸਾਨੂੰ ਇਦਾਂ ਦੇ ਸਟੂਡੈਂਟਸ ਹੀ ਚਾਹੀਦੇ ਨੇ ਜੋ ਪ੍ਰੋਪਰ ਪੜ੍ਹਨਾ ਚਾਹੁੰਦੇ ਨੇ ਜਾਂ ਪ੍ਰੋਪਰ ਕੰਮ ਕਰਨਾ ਚਾਹੁੰਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਬੱਚਿਆਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ, ਇੱਥੋਂ ਦੀ ਅਵੇਅਰਨੈਸ ਦੀ ਕਮੀ ਹੈ, ਇੱਥੋਂ ਦੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਕਿ ਕਿਹੜੇ ਕੋਰਸ ਦੇ ਵਿੱਚ ਜਾਣਾ। ਬਿਲਕੁਲ, ਕਿਉਂਕਿ ਆਪਣਾ ਜਿਹੜਾ ਬੱਚਾ ਹੈਗਾ ਨਾ ਉਹ ਕਿਤੇ ਨਾ ਕਿਤੇ ਮਿਹਨਤ ਕਰਕੇ ਜਾਂ ਪੜ੍ਹ ਕੇ ਨਹੀਂ ਰਾਜ਼ੀ ਹੋ ਰਿਹਾ ਸੀਗਾ, ਹੈ ਨਾ। ਉਹਨਾਂ ਨੂੰ ਇਹ ਹੁੰਦਾ ਸੀ ਵੀ ਸਾਨੂੰ ਈਜ਼ੀ ਕੋਰਸ ਦਿੱਤਾ ਜਾਵੇ ਕਿ ਜਿਹਦੇ ਵਿੱਚ ਸਾਨੂੰ ਜ਼ਿਆਦਾ ਅਸਾਈਨਮੈਂਟਸ ਨਾ ਬਣਾਉਣੀਆਂ ਪੈਣ, ਸਾਡੀ ਸਟੱਡੀ ਟਫ ਨਾ ਹੋਵੇ, ਹੈ ਨਾ। ਮਤਲਬ ਕਿ ਕਾਫੀ ਸਾਰੇ ਤਾਂ ਇੱਦਾਂ ਦੇ ਸਟੂਡੈਂਟਸ ਆ ਜਿਨ੍ਹਾਂ ਨੂੰ ਮੈਨੂੰ ਵੀ ਕਲੀਅਰ ਕਰਨਾ ਪੈਂਦਾ ਕਿ ਬਈ 12th ਤੋਂ ਬਾਅਦ ਕੈਨੇਡਾ ਨੇ ਵੀਜ਼ੇ ਦੇਣੇ ਨੇ, ਕਿਤੇ 12th ਤੋਂ ਬਾਅਦ ਬੱਚਿਆਂ ਨੂੰ ਨਹੀਂ ਮਨਾ ਕੀਤਾ ਕਿ ਪਲੱਸ ਟੂ ਵਾਲੇ ਬੱਚਿਆਂ ਦੇ ਵੀਜ਼ਾ ਨਹੀਂ ਆਉਣੇ। ਬੱਚੇ ਨੂੰ ਕਿਸੇ ਨਾਲ ਵੀ ਗੱਲ ਕਰ ਲਓ, ਉਹਦਾ ਮੇਨ ਜਿਹੜੀ ਡਿਮਾਂਡ ਹੈਗੀ ਆ ਉਹ ਕਿਤੇ ਨਾ ਕਿਤੇ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਹੀ ਹੈ, ਕਿਉਂਕਿ ਜਿਹੜਾ ਬੱਚਾ ਉਹ ਇੱਕ ਹੀ ਚੀਜ਼ ਸਮਝ ਕੇ ਆਉਂਦਾ ਕਿ ਬਸ ਮੈਨੂੰ ਕੈਨੇਡਾ ਜਾਣਾ ਔਰ ਮੈਨੂੰ ਇਸ ਏਰੀਆ 'ਚ ਜਾਣਾ, ਉਹਨੂੰ ਕਿਹੜਾ ਕੋਰਸ ਮਿਲ ਰਿਹਾ, ਕਿਹੜਾ ਕੋਲਜ ਮਿਲ ਰਿਹਾ, ਉਹ ਮੈਟਰ ਨਹੀਂ ਕਰਦਾ। ਚੀਜ਼ਾਂ ਨਹੀਂ ਹੈਗੀਆਂ ਪਹਿਲਾਂ ਉਹਦੀ ਆਪਸ਼ਨ ਇਹ ਹੁੰਦੀ ਹੈ ਕਿ ਮੈਂ ਇਸ ਸਿਟੀ ਦੇ ਵਿੱਚ ਜਾਣਾ ਤੇ ਮੈਂ ਇੰਨੀ ਤਰੀਕ ਨੂੰ ਪਹੁੰਚਣਾ, ਚਾਹੇ ਮੈਨੂੰ ਜਿਵੇਂ ਮਰਜ਼ੀ ਪਹੁੰਚਾਓ, ਕੋਈ ਫੰਡ ਵੀ ਯੂਜ਼ ਕਰੋ। ਔਰ ਇਦਾਂ ਦੀ ਗੱਲ ਨਹੀਂ ਹੈਗੀ ਕਿ ਕੰਮ ਨਹੀਂ ਹੈਗਾ ਉੱਥੇ, ਕੰਮ ਨੋ ਡਾਊਟ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਦੀ 10% 20% ਘਟਿਆ ਹੋਊਗਾ, ਪਰ ਜੇ ਸਕਿੱਲ ਹੈ ਬੱਚੇ ਕੋਲੇ ਤਾਂ ਮਿਲ ਜਾਏਗਾ। ਬੱਚੇ ਕੋਲ ਸਕਿੱਲ ਹੈ ਔਰ ਬੱਚਾ ਕਰਨ ਵਾਲਾ ਹੈਗਾ ਤਾਂ ਉਹਨੂੰ ਕੰਮ ਮਿਲ ਰਿਹਾ ਹੈਗਾ। ਟ੍ਰੇਡ ਕੋਰਸ ਦੇ ਵਿੱਚ ਕਿੰਨੀ ਈਜ਼ੀ ਪੀਆਰ ਹੈ, ਹੁਣ ਉਹੀ ਬੱਚੇ ਨੇ ਜਿਨ੍ਹਾਂ ਨੂੰ ਪੀਆਰ 'ਚ ਵੀ ਉਹਨਾਂ ਬੱਚਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ, ਜਿਹੜੇ ਬੱਚਿਆਂ ਦੇ ਕੋਲ ਕੋਰਸ ਜਿਹੜੇ ਸੀਗੇ ਬਿਜ਼ਨਸ ਦੇ ਸੀਗੇ ਤੇ ਉਹਨਾਂ ਦੇ ਕੋਲ ਰੈਲਵੈਂਟ ਆਪਣੀ ਉੱਥੇ ਜੌਬ ਨਹੀਂ ਸੀਗੀ। ਇਸ ਤੋਂ ਇਲਾਵਾ ਫਰੋਡ ਵੀ ਇਸ ਇੰਡਸਟਰੀ ਦੇ ਵਿੱਚ ਬਹੁਤ ਹੈ, ਅਜਿਹੇ ਕੇਸਿਸ ਵੀ ਸਾਡੇ ਕੋਲੇ ਕਈ ਆਉਂਦੇ ਨੇਗੇ ਕਿ ਉਸ ਤੋਂ ਕਿਵੇਂ ਬਚਿਆ ਜਾਵੇ। ਦੇਖੋ, ਫਰੋਡ ਜਿਹੜਾ ਹੈਗਾ ਨਾ ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਕਿ ਉਹ ਬੱਚੇ ਤੇ ਡਿਪੈਂਡ ਕਰਦਾ ਹੈ ਜਾਂ ਉਹਦੇ ਪੇਰੈਂਟਸ ਤੇ ਡਿਪੈਂਡ ਕਰਦਾ ਹੈਗਾ, ਹੈ ਨਾ। ਜਦੋਂ ਤੁਹਾਨੂੰ ਸਾਰਾ ਕੁਛ ਅੱਜ ਦੇ ਟਾਈਮ ਦੇ ਉੱਤੇ ਸਾਰਾ ਕੁਛ ਸੋਸ਼ਲ ਮੀਡੀਆ ਦੇ ਉੱਤੇ ਪਿਆ ਹੈਗਾ, ਯੂਟਿਊਬ ਦੇ ਉੱਪਰ ਪਿਆ, ਓਫੀਸ਼ਲੀ ਸਾਈਟ ਦੇ ਉੱਪਰ ਪਿਆ, ਬਟ ਔਰ ਅੱਜ ਕੱਲ੍ਹ ਦੇ ਬੱਚੇ ਇੰਗਲਿਸ਼ ਉਹਨਾਂ ਨੂੰ ਆਉਂਦੀ ਹੈ, ਉਹ ਆਇਲਸ ਕਰਕੇ ਬਾਹਰ ਜਾ ਰਹੇ ਨੇ, ਹੈ ਨਾ। ਬਸ ਥੋੜ੍ਹਾ ਜਿਹਾ ਕਿੱਥੇ ਫਰਕ ਪੈ ਰਿਹਾ ਰਿਸਰਚ ਕਰਨ ਦੇ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਅੱਜ ਅਸੀਂ ਸੰਗਰੂਰ ਪਹੁੰਚੇ ਹਾਂ ਬਲੈਕਸਟੋਨ ਇਮੀਗ੍ਰੇਸ਼ਨ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਕਿ ਕੈਨੇਡਾ ਇਸ ਵਕਤ ਜਾਣਾ ਚਾਹੀਦਾ, ਆਸਟ੍ਰੇਲੀਆ ਜਾਣਾ ਚਾਹੀਦਾ ਜਾਂ ਫਿਰ ਵਿਦੇਸ਼ ਦੇ ਵਿੱਚ ਕੀ ਹਾਲਾਤ ਨੇ, ਕਿ ਇਸ ਵਕਤ ਬੱਚਿਆਂ ਦੇ ਲਈ ਵਿਦੇਸ਼ ਦੀ ਧਰਤੀ 'ਤੇ ਜਾ ਕੇ ਪੜ੍ਹਨਾ ਜਾਂ ਫਿਰ ਉੱਥੇ ਵਸਣਾ ਠੀਕ ਹੈ। ਜਿਹੜੀਆਂ ਅੱਜ ਕੱਲ੍ਹ ਖਬਰਾਂ ਦੇ ਵਿੱਚ ਚੱਲ ਰਿਹਾ, ਨਿਊਜ਼ ਦੇ ਵਿੱਚ ਹਮੇਸ਼ਾ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਬਾਹਰ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਜਾਣਨ ਦੇ ਲਈ ਅੱਜ ਅਸੀਂ ਬਲੈਕ ਸਟੋਨ ਇਮੀਗ੍ਰੇਸ਼ਨ ਆਫਿਸ ਪਹੁੰਚੇ ਹਾਂ ਸੰਗਰੂਰ, ਅਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਖਾਸ ਤੌਰ 'ਤੇ ਹਰਵਿੰਦਰ ਕੌਰ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਹਾਲ ਚਾਲ ਠੀਕ ਨੇ, ਕਿਉਂਕਿ ਜਦੋਂ ਅਸੀਂ ਗਰਾਊਂਡ 'ਤੇ ਜਾਂਦੇ ਹਾਂ, ਸਰਵੇ ਕਰਦੇ ਹਾਂ ਜਾਂ ਦੇਖਦੇ ਹਾਂ, ਕਈ
ਇਹ ਦੇਖਣ ਦੇ ਵਿੱਚ ਆ ਰਿਹਾ ਕਿ ਕਈ ਇਮੀਗ੍ਰੇਸ਼ਨ ਆਫਿਸ ਬੰਦ ਹੋ ਰਹੇ ਨੇਗੇ, ਕਾਲਜਿਸ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਨਹੀਂ ਹੋ ਰਹੀਆਂ ਸੀਗੀਆਂ ਉਹ ਕੋਰਸਿਸ ਦੇ ਵਿੱਚ ਵੀ ਐਡਮਿਸ਼ਨਸ ਹੋ ਰਹੀਆਂ ਨੇਗੀਆਂ, ਇੱਥੋਂ ਤੱਕ ਕਿ ਕਈ ਆਈਲਸ ਇੰਸਟੀਟਿਊਟ ਜਾਂ ਫਿਰ ਜਿਹੜੇ ਇਮੀਗ੍ਰੇਸ਼ਨ ਆਫਿਸ ਨੇ ਉਹ ਬੰਦ ਹੋ ਚੁੱਕੇ ਨੇ, ਕਹਿੰਦੇ ਕਿ ਇੰਡਸਟਰੀ ਦੇ ਵਿੱਚ ਥੋੜ੍ਹਾ ਜਿਹਾ ਗਿਰਾਵਟ ਆਈ ਹੈ, ਇਹ ਗੱਲ ਸਹਿਮਤ ਹੋ ਇਸ ਗੱਲ ਦੇ ਨਾਲ? ਬਿਲਕੁਲ ਜੀ, ਮੈਂ ਇਸ ਗੱਲ ਤੋਂ ਸਹਿਮਤ ਹਾਂ। ਲਾਸਟ 14 ਈਅਰਸ ਤੋਂ ਇੰਨਾ ਜਿਹੜਾ ਫਲੋਪ ਹੈ ਉਹ ਕਦੇ ਨਹੀਂ ਗਿਆ ਸੀਜ਼ਨ ਸਾਡਾ, ਕਿਉਂਕਿ ਇਸ ਟਾਈਮ 'ਤੇ ਨੋ ਡਾਊਟ ਕਿ ਇੰਡਸਟਰੀ ਜਿਹੜੀ ਹੈਗੀ ਆ ਉਹ ਡਾਊਨ ਹੈ, ਹੈ ਨਾ। ਮਤਲਬ ਕਿ ਸਟੂਡੈਂਟਸ ਜਿਹੜਾ ਹੈਗਾ ਉਹ ਇੱਥੇ ਹੀ ਆਪਣੀ ਐਡਮਿਸ਼ਨ ਲੈ ਰਿਹਾ ਹੈਗਾ, ਉਹ ਨਹੀਂ ਅਪਰੋਚ ਕਰ ਰਿਹਾ। ਅੱਜ ਤੋਂ ਆਪਾਂ 1 ਜਾਂ 2 ਸਾਲ ਪਹਿਲਾਂ ਆਪਾਂ ਗੱਲ ਕਰਦੇ ਸੀਗੀ ਸਟੂਡੈਂਟਸ ਦੀ, ਤਾਂ ਹਰ ਇੱਕ ਬੱਚੇ ਦੀ ਜ਼ਬਾਨ ਤੇ ਕੈਨੇਡਾ ਜਾਂ ਆਸਟ੍ਰੇਲੀਆ, ਕੈਨੇਡਾ ਦਾ ਨਾਮ ਹੁੰਦਾ, ਯੂਨੀਵਰਸਿਟੀ ਕਾਲਜ ਖਾਲੀ ਹੋ ਗਏ ਸੀਗੇ। ਬਿਲਕੁਲ, ਯੂਨੀਵਰਸਿਟੀ ਕਾਲਜ ਦੇ ਵਿੱਚ ਸਿਰਫ 10 ਜਾਂ 20% ਬੱਚਾ ਹੀ ਸੀਗਾ ਜਿਹੜਾ ਇੱਥੇ ਐਡਮਿਸ਼ਨ ਲੈ ਰਿਹਾ ਸੀਗਾ, ਬਟ 80% ਬੱਚਾ ਕੈਨੇਡਾ ਜਾ ਰਿਹਾ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੇ ਇਸ ਟਾਈਮ 'ਤੇ ਬੱਚਾ ਨਾਮ ਨਹੀਂ ਲੈ ਰਹੇ, ਉਹਦੇ 2 ਰੀਜ਼ਨ ਨੇ। ਸਭ ਤੋਂ ਪਹਿਲਾ ਰੀਜ਼ਨ ਆਪਾਂ ਗੱਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਕੈਨੇਡਾ ਸਟ੍ਰਿਕਟ ਹੋ ਰਿਹਾ, ਕੈਨੇਡਾ ਆਪਣੇ ਰੂਲ ਚੇਂਜ ਕਰ ਰਿਹਾ ਹੈਗਾ। ਦੇਖੋ, ਉਹ ਤਾਂ ਇੱਕ ਡਿਫਰੈਂਟ ਪਾਰਟ ਹੋ ਗਿਆ ਕਿ ਕੈਨੇਡਾ ਆਪਣੇ ਰੂਲ ਚੇਂਜ ਕਰ ਰਿਹਾ, ਸਟ੍ਰਿਕਟ ਹੋ ਰਿਹਾ, ਬਟ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਉਹਦਾ ਵੀ ਬਹੁਤ ਵੱਡਾ ਇਫੈਕਟ ਹੈ, ਕਿਉਂਕਿ ਜਿਹੜੀ ਨਿਊਜ਼ ਨੇ ਉਹਨੂੰ ਨੈਗੇਟਿਵ ਤਰੀਕੇ ਦੇ ਨਾਲ ਜ਼ਿਆਦਾ ਦਿਖਾਇਆ ਜਾਂਦਾ, ਔਰ ਜਿਹੜੇ ਆਪਣੇ ਵਰਗੇ ਲੋਕ ਨੇ ਉਹ ਜਦੋਂ ਸੱਚਾਈ ਵੀ ਹੈ ਕਿ ਜਿਹੜੀ ਬੁਰੀ ਚੀਜ਼ ਹੁੰਦੀ ਹੈ ਉਹ ਤੇਜ਼ੀ ਨਾਲ ਫੈਲਦੀ ਹੈ ਤੇ ਸੱਚ ਥੋੜਾ ਸਲੋ ਸਲੋ ਫੈਲਦਾ ਪਰ ਨਿਤਰ ਕੇ ਸਾਹਮਣੇ ਆ ਹੀ ਜਾਂਦਾ। ਬਿਲਕੁਲ, ਹੈ ਨਾ। ਤਾਂ ਜਿੱਦਾਂ ਹੁਣ ਮੈਂ ਲਾਸਟ ਇੱਕ ਨਿਊਜ਼ ਦੇਖੀ ਸੀ ਜਿਹਦੇ ਵਿੱਚ ਬੋਲਿਆ ਕਿ ਕੈਨੇਡਾ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਕਰ ਦਿੱਤਾ, ਬਟ ਜਦੋਂ ਉਹਦੀ ਜਿਹੜੀ ਪੂਰੀ ਆਪਾਂ ਨਿਊਜ਼ ਪੜ੍ਹਦੇ ਹਾਂ, ਆਪਾਂ ਸਾਈਟ 'ਤੇ ਜਾਂਦੇ ਹਾਂ ਕੈਨੇਡਾ ਦੀ, ਅਤੇ ਉਹਦੇ 'ਤੇ ਲਿਖਿਆ ਹੁੰਦਾ ਹੈਗਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਾਰਡਰ ਤੋਂ ਜਿਹੜੇ ਸਟੂਡੈਂਟਸ ਲੈਂਦੇ ਸੀ ਉਹਨਾਂ ਲਈ ਬੰਦ ਕੀਤਾ, ਹੈ ਨਾ। ਇਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਡੇ ਵਰਗੇ ਨਿਊਜ਼ ਚੈਨਲ ਦਾ ਵੀ ਜਿਹੜਾ ਰੋਲ ਹੈਗਾ ਉਹ ਵੱਡੀਆਂ ਵੱਡੀਆਂ ਹੈਡਲਾਈਨਸ ਲਾ ਕੇ ਲਿਖ ਦਿੰਦੇ ਨੇ ਹੁਣ ਕੈਨੇਡਾ ਨੇ ਕਿਤੇ ਦਰਵਾਜ਼ੇ ਬੰਦ। ਬਿਲਕੁਲ, ਉਹ ਇੱਕ ਚੀਜ਼ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਨੈਗੇਟਿਵ ਪ੍ਰਭਾਵ ਉਹ ਪਾਉਂਦੀ ਹੈ। ਬਿਲਕੁਲ, ਉਹ ਨੈਗੇਟਿਵ ਕਿਤੇ ਨਾ ਕਿਤੇ ਹੁੰਦਾ ਕਿਉਂਕਿ ਕੋਈ ਵੀ ਪੂਰੀ ਨਿਊਜ਼ ਨਹੀਂ ਪੜ੍ਹਦਾ, ਹੈ ਨਾ। ਹਾਲਾਂਕਿ ਉਹਦੇ ਵਿੱਚ ਸੱਚਾਈ ਵੀ ਉਹਦੇ ਵਿੱਚ ਹੁੰਦੀ ਹੈ, ਅਤੇ ਜਦੋਂ ਉਹ ਨੈਗੇਟਿਵ ਦੇਖ ਲੈਂਦਾ ਤਾਂ ਉਸੇ ਨੂੰ ਹੀ ਉਹ ਦੱਸਦਾ, ਅੱਗੇ ਦੱਸਦਾ ਰਹਿੰਦਾ ਕਿ ਵੀ ਬੰਦ ਕਰਤਾ ਜੀ, ਇੱਦਾਂ ਹੋ ਗਿਆ, ਹੈ ਨਾ, ਕੈਨੇਡਾ ਨੇ ਹੁਣ ਕੰਮ ਨਹੀਂ ਹੈਗਾ ਕੈਨੇਡਾ ਦੇ ਵਿੱਚ, ਜਾਂ ਪਲੱਸ ਟੂ ਵਾਲੇ ਬੱਚਿਆਂ ਨੂੰ ਵੀਜ਼ੇ ਨਹੀਂ ਦੇਣੇ। ਮਤਲਬ ਕਿ ਕਾਫੀ ਸਾਰੇ ਤਾਂ ਇੱਦਾਂ ਦੇ ਸਟੂਡੈਂਟਸ ਆ ਜਿਨ੍ਹਾਂ ਨੂੰ ਮੈਨੂੰ ਵੀ ਕਲੀਅਰ ਕਰਨਾ ਪੈਂਦਾ ਕਿ ਬਈ 12th ਤੋਂ ਬਾਅਦ ਕੈਨੇਡਾ ਨੇ ਵੀਜ਼ੇ ਦੇਣੇ ਨੇ, ਕਿਤੇ 12th ਤੋਂ ਬਾਅਦ ਬੱਚਿਆਂ ਨੂੰ ਨਹੀਂ ਮਨਾ ਕੀਤਾ ਕਿ ਪਲੱਸ ਟੂ ਵਾਲੇ ਬੱਚਿਆਂ ਦੇ ਵੀਜ਼ਾ ਨਹੀਂ ਆਉਣੇ। ਅੱਛਾ, ਜੇ ਮੈਂ ਪੁੱਛਣਾ ਚਾਹਾਂ ਕਿ ਹੁਣ ਬਲੈਕ ਸਟੋਨ ਦੇ ਕੀ ਹਾਲਾਤ ਨੇ, ਕਿੰਨਾ ਕੁ ਤੁਹਾਡਾ ਮੰਨ ਲਓ ਜਿਹੜਾ ਇੰਡਸਟਰੀਜ਼ ਦੇ ਉੱਪਰ ਫਰਕ ਪਿਆ, ਕਿ ਉਹ ਤੁਹਾਡੇ ਦੇ ਵੀ ਫਰਕ ਪਿਆ, ਸੰਗਰੂਰ ਦੀ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਹੈ ਉਹਦੇ 'ਤੇ ਵੀ ਉਨਾ ਪ੍ਰਭਾਵ ਪਿਆ ਜਾਂ ਫਿਰ ਠੀਕ ਚੱਲ ਰਿਹਾ ਇੱਥੇ? ਦੇਖੋ, ਜੇ ਆਪਾਂ ਬਲੈਕ ਸਟੋਨ ਦੀ ਗੱਲ ਕਰਦੇ ਹਾਂ ਤਾਂ ਨੋ ਡਾਊਟ ਅਸੀਂ ਵੀ ਬਾਕੀ ਇੰਡਸਟਰੀ ਦੇ ਨਾਲ ਹੀ ਹਾਂ, ਹੈ ਨਾ, ਕਿ 60% ਕੰਮ ਘਟਿਆ, ਬਟ ਸਟਿਲ ਬਲੈਕ ਸਟੋਨ ਦੇ ਵਿੱਚ ਇਦਾਂ ਦੀ ਹਲੇ ਗੱਲ ਨਹੀਂ ਹੈਗੀ। ਮੈਨੂੰ ਲੱਗਦਾ ਕਿ ਇਹ ਕੰਮ ਘਟਣ ਦੇ ਨਾਲ ਇਹ ਵੀ ਹੋ ਗਿਆ ਹੋਊਗਾ ਕਿ ਫਿਲਟਰੇਸ਼ਨ ਹੋ ਗਈ ਹੋਊਗੀ, ਜਿਹੜੇ ਲੋਕ ਵਾਕਈ ਜਾਣਾ ਚਾਹੁੰਦੇ ਨੇ, ਵਾਕਈ ਉੱਥੇ ਜਾ ਕੇ ਕੁਛ ਸੀਰੀਅਸ ਹੋ ਕੇ ਉੱਥੇ ਪੜ੍ਹਨਾ ਲਿਖਣਾ ਚਾਹੁੰਦੇ ਨੇ, ਜਿਹੜੇ ਨੋਨ ਸੀਰੀਅਸ ਬੱਚੇ ਨੇ ਜਾਂ ਜਿਨ੍ਹਾਂ ਦਾ ਧਿਆਨ ਨਹੀਂ ਸੀਗਾ ਇਸ ਚੀਜ਼ ਦੇ ਵੱਲ ਕਿ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ, ਮੈਨੂੰ ਲੱਗਦਾ ਉਹ ਫਿਲਟਰੇਸ਼ਨ ਹੋ ਗਈ, ਹੁਣ ਉਹੀ ਲੋੜਵੰਦ ਲੋਕ ਜਿਹੜੇ ਬਾਹਰ ਜਾ ਕੇ ਵਾਕਈ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ, ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ, ਵਸਣਾ ਚਾਹੁੰਦੇ ਨੇ, ਹੁਣ ਉਹੀ ਲੋਕ ਨੇਗੇ ਜਿਹੜੇ ਲੋਕ ਜਿਨ੍ਹਾਂ ਕੋਲ
ਕੋਲ ਕੋਈ ਸਕਿੱਲ ਨਹੀਂ ਹੈਗੀ, ਜਿਹੜੇ ਉੱਥੇ ਜਾ ਕੇ ਵਿਹਲੇ ਰਹਿ ਰਹੇ ਨੇ, ਮੈਨੂੰ ਲੱਗਦਾ ਕਿ ਹੁਣ ਉਹ ਗਰੇਜ਼ ਕਰਨਗੇ, ਜਿਹੜੇ ਸਹੀ ਜਿਹਨਾਂ ਨੂੰ ਅਸਲ ਦੇ ਵਿੱਚ ਜਿਹਨਾਂ ਕੋਲ ਸਕਿੱਲ ਆ ਉਹ ਬਾਹਰ ਜਾਣਗੇ। ਦੇਖੋ ਹਾਂ ਬਿਲਕੁਲ, ਫਿਲਟਰੇਸ਼ਨ ਤਾਂ ਹੋ ਹੀ ਗਈ ਹੈ ਕਿਤੇ ਨਾ ਕਿਤੇ, ਕਿਉਂਕਿ ਹੁਣ ਉਹੀ ਸਟੂਡੈਂਟਸ ਹੈ ਜਿਹੜਾ ਉਹ ਜਾਊਗਾ, ਜਿਹਦੇ ਕੋਲ ਜੋ ਫਾਈਨੈਂਸ਼ਲੀ ਵੀ ਥੋੜ੍ਹਾ ਸਟਰੋਂਗ ਹੈਗਾ। ਕਿਤੇ ਨਾ ਕਿਤੇ ਹੁਣ ਇੰਨਾ ਹੀ ਰੂਲ ਚੇਂਜ ਹੋਣ ਤੋਂ ਬਾਅਦ ਕੈਨੇਡਾ ਨੇ ਵੀ, ਉਹਨਾਂ ਦਾ ਵੀ ਇਹੀ ਮੈਸੇਜ ਆ ਕਿ ਸਾਨੂੰ ਵੀ ਫਿਲਟਰੇਸ਼ਨ ਕਰ ਲਈ ਹੈ ਕਿ ਅਸੀਂ ਕਿ ਸਾਨੂੰ ਇਦਾਂ ਦੇ ਸਟੂਡੈਂਟਸ ਹੀ ਚਾਹੀਦੇ ਨੇ ਜੋ ਪ੍ਰੋਪਰ ਪੜ੍ਹਨਾ ਚਾਹੁੰਦੇ ਨੇ ਜਾਂ ਪ੍ਰੋਪਰ ਕੰਮ ਕਰਨਾ ਚਾਹੁੰਦੇ ਨੇ, ਹੈ ਨਾ, ਕਿ ਜੋ ਇੱਥੇ ਆ ਕੇ ਵੀ ਸੇਮ ਚੀਜ਼ਾਂ ਕਰਨਗੇ ਉਹਨਾਂ ਲਈ ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਅੱਛਾ, ਇਸ ਤੋਂ ਇਲਾਵਾ ਜਿਹੜੀਆਂ ਇਹ ਚੀਜ਼ਾਂ ਆ ਰਹੀਆਂ ਨੇਗੀਆਂ ਸਾਹਮਣੇ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਉੱਥੇ ਬੱਚਿਆਂ ਕੋਲ ਰਹਿਣ ਨੂੰ ਥਾਂ ਨਹੀਂ ਹੈਗੀ, ਇਹ ਚੀਜ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੁਹਾਡੇ, ਕਿਉਂਕਿ ਤੁਸੀਂ ਬੱਚੇ ਵੀ ਜਾਂਦੇ ਹੋਣਗੇ ਉਹ ਤੁਹਾਡੇ ਟੱਚ ਦੇ ਵਿੱਚ ਵੀ ਹੋਣਗੇ, ਕਿ ਵਾਕਈ ਇੱਦਾਂ ਦਾ ਚੱਲ ਰਿਹਾ? ਨਹੀਂ, ਇੱਦਾਂ ਦਾ ਤਾਂ ਕੁਛ ਨਹੀਂ ਹੈਗਾ ਕਿ ਬੱਚਿਆਂ ਨੂੰ ਘਰ ਨਹੀਂ ਮਿਲ ਰਹੇ ਜਾਂ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ, ਹੈ ਨਾ। ਕਿਤੇ ਨਾ ਕਿਤੇ ਦੇਖੋ ਪ੍ਰੋਬਲਮ ਆਊਗੀ ਜਦੋਂ 21 ਸਿਟੀ ਦੇ ਵਿੱਚ ਜਾਂ 21 ਏਰੀਆ ਦੇ ਵਿੱਚ ਓਵਰ ਕਰਾਊਡਡ ਬੱਚਾ ਹੋ ਜੂਗਾ ਤੇ ਹਰ ਇੱਕ ਬੱਚਾ ਸੇਮ ਕੰਮ ਲੱਭੂਗਾ ਤਾਂ ਕਿਤੇ ਨਾ ਪ੍ਰੋਬਲਮ ਆਊਗੀ। ਉਹ ਚੀਜ਼ ਬੱਚੇ, ਮੈਨੂੰ ਲੱਗਦਾ ਕਿ ਪਹਿਲਾਂ ਜਿਸ ਤਰੀਕੇ ਦੇ ਨਾਲ ਕੈਨੇਡਾ ਨੂੰ ਗਲੋਰੀਫਾਈ ਕੀਤਾ ਜਾਂਦਾ ਸੀ, ਬੱਚੇ ਦੇ ਮਨ ਦੇ ਵਿੱਚ ਇਹ ਹੁੰਦਾ ਸੀਗਾ ਕਿ ਜੇ ਮੈਂ ਕੈਨੇਡਾ ਚਲਾ ਗਿਆ ਪਤਾ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਕੀ ਚਮਤਕਾਰ ਹੋਊਗਾ, ਮੇਰੇ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ, ਉੱਥੇ ਜਾ ਕੇ ਮੈਨੂੰ ਮਿਹਨਤ ਕਰਨ ਦੀ ਲੋੜ ਨਹੀਂ ਪਊਗੀ, ਜਾਂ ਫਿਰ ਮੈਂ ਉਸੇ ਕੰਟਰੀ ਦੇ ਵਿੱਚ ਉਸੇ ਸਿਟੀ ਦੇ ਵਿੱਚ ਜਾਵਾਂ ਜਿੱਥੇ ਮੇਰੇ ਰਿਸ਼ਤੇਦਾਰ ਨੇਗੇ। ਉਹ ਚੀਜ਼ਾਂ ਹੁਣ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਵੀ ਉਹ ਵੀ ਪ੍ਰਿਪੇਅਰ ਹੋ ਜਾਣਗੇ ਕਿ ਸਾਨੂੰ ਹਾਰਡਵਰਕ ਉੱਥੇ ਵੀ ਹੈ, ਉੱਥੇ ਜਾ ਕੇ ਵੀ ਸਾਨੂੰ ਕੰਮ ਕਰਨਾ ਪੈਣਾ। ਦੇਖੋ ਹਾਰਡਵਰਕ ਤਾਂ ਕਿਤੇ ਵੀ ਹੈ, ਚਾਹੇ ਤੁਸੀਂ ਆਪਾਂ ਇੰਡੀਆ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਚਾਹੇ ਕੈਨੇਡਾ, ਆਸਟ੍ਰੇਲੀਆ, ਯੂਕੇ, ਕਿਸੇ ਵੀ ਕੰਟਰੀ ਦੀ ਜੇ ਆਪਾਂ ਗੱਲ ਕਰਦੇ ਹਾਂ, ਹਰ ਬੱਚੇ ਨੂੰ ਮਿਹਨਤ ਤਾਂ ਕਰਨੀ ਪੈਣੀ ਹੈ ਕੁਛ ਬਣਨ ਦੇ ਲਈ, ਹੈ ਨਾ। ਔਰ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਕੰਮ ਨਹੀਂ ਹੈਗਾ ਉੱਥੇ, ਕੰਮ ਨੋ ਡਾਊਟ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਰਹੀ ਹਾਂ ਵੀ 10% 20% ਘਟਿਆ ਹੋਊਗਾ, ਪਰ ਜੇ ਸਕਿੱਲ ਹੈ ਬੱਚੇ ਕੋਲ ਤਾਂ ਮੈਨੂੰ ਲੱਗਦਾ ਜੇ ਬੱਚੇ ਕੋਲ ਸਕਿੱਲ ਹੈ ਔਰ ਬੱਚਾ ਕਰਨ ਵਾਲਾ ਹੈਗਾ ਤਾਂ ਉਹਨੂੰ ਕੰਮ ਮਿਲ ਰਿਹਾ ਹੈਗਾ, ਹੈ ਨਾ। ਅਤੇ ਦੂਸਰੀ ਗੱਲ ਜਿਹੜੀ ਰਹਿ ਗਈ ਹਾਊਸ ਕ੍ਰਾਈਸਿਸ ਦੀ, ਔਰ ਕੈਨੇਡਾ ਨੇ ਜਿਹੜਾ ਕੈਪਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਟਾਈਮ ਹੀ ਲਿਆ ਇੱਕ ਹਿਸਾਬ ਦਾ ਕਿ ਉਹ ਆਪਣੇ ਜਿਹੜੇ ਹੈਗੇ ਘਰ ਬਣਾਉਣ ਤਾਂ ਕਿ ਬੱਚਾ ਜਿਹੜਾ ਹੈਗਾ ਸਾਡੇ ਕੋਲ ਉੱਥੇ ਆ ਕੇ ਉਹਨੂੰ ਇਹ ਚੀਜ਼ ਦੀ ਔਖਾਈ ਨਾ ਦੇਖਣੀ ਪਵੇ ਕਿ ਉੱਥੇ ਕੰਮ ਨਹੀਂ ਹੈਗਾ ਜਾਂ ਘਰ ਨਹੀਂ ਹੈਗਾ, ਤਾਂ ਇਸੇ ਕਰਕੇ ਉਹਨਾਂ ਨੇ ਥੋੜ੍ਹੀਆਂ ਸੀਟਸ ਜਿਹੜੀਆਂ ਹੈਗੀਆਂ ਉਹ ਘਟਾਈਆਂ ਨੇ। ਅੱਛਾ ਜੀ, ਮੈਂ ਇਸ ਇੰਡਸਟਰੀ ਦੀ ਗੱਲ ਕਰਾਂ, ਜੇ ਆਪਾਂ ਪਿੱਛੇ ਪਾਸਟ ਦੀ ਗੱਲ ਕਰੀਏ ਕਿ ਪਹਿਲਾਂ ਵੀ ਕਦੇ ਇਹ ਹੋਇਆ ਕਿ ਇੱਕੋ ਲਖਤ ਇੰਡਸਟਰੀ ਦੇ ਵਿੱਚ ਬੱਚੇ ਘੱਟ ਜਾਣ ਲੱਗੇ ਹੋਣ, ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਇਹ ਸਿਨੈਰੀਓ ਚੇਂਜ ਹੋ ਜਾਂਦਾ ਹੋਵੇ? ਹੁਣ ਲੱਗਦਾ ਕਿ ਮੇਰੇ ਸਵਾਲ ਇਹ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਚੀਜ਼ ਹੈ ਕਿ ਇਹ ਇੱਦਾਂ ਹੀ ਚੱਲੂਗੀ ਕਿ ਬੱਚੇ ਬਾਹਰ ਜਾਣ ਦਾ ਗਰੇਜ਼ ਕਰਨਗੇ ਜਾਂ ਫਿਰ ਦੁਬਾਰਾ ਤੋਂ ਉਹ ਚੀਜ਼ ਸ਼ੁਰੂ ਹੋ ਜੂਗੀ? ਦੇਖੋ ਮੇਰਾ ਮੰਨਣਾ ਇਹ ਹੈ ਇਸ ਟਾਈਮ 'ਤੇ ਕਿ ਦੇਖੋ ਹਰ ਇੰਡਸਟਰੀ ਦਾ ਕਿਤੇ ਨਾ ਕਿਤੇ ਅਪ ਟਾਈਮ ਆਉਂਦਾ ਪਹਿਲਾਂ, ਹੈ ਨਾ, ਫਿਰ ਉਹ ਕਿਤੇ ਨਾ ਕਿਤੇ ਉਹਦਾ ਡਾਊਨ ਟਾਈਮ ਵੀ ਆਉਂਦਾ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਕਾਲਜਸ ਬਹੁਤ ਅਪ ਲੈਵਲ 'ਤੇ ਸੀਗੇ, ਹੈ ਨਾ, ਅਤੇ ਹੁਣ ਇਹ ਸਾਡੀ ਜਿਹੜੀ ਇੰਡਸਟਰੀ ਆ ਉਹ ਅਪ ਲੈਵਲ 'ਤੇ ਸੀਗੀ ਬਟ ਉਹ ਡਾਊਨ ਗਈ ਆ, ਹੈ ਨਾ। ਬਟ ਜਿਹੜਾ ਇਹਦਾ ਆਪਾਂ ਨੂੰ ਆਪਾਂ ਰਿਜ਼ਲਟ ਜੇ ਆਪਾਂ ਦੇਖੀਏ, ਮੇਰਾ ਇਹ ਮੰਨਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਤੋਂ ਜਿਹੜਾ ਹੈਗਾ ਬੱਚਿਆਂ ਦੇ ਮਨ ਦੇ ਵਿੱਚ ਚਾਹ ਜਾਗੂਗੀ ਕਿ ਬਾਹਰ ਜਾਣ ਦੀ, ਕੈਨੇਡਾ, ਆਸਟ੍ਰੇਲੀਆ, ਕਿਤੇ ਵੀ ਕਿਸੇ ਵੀ ਕੰਟਰੀ 'ਚ ਜਾਣ ਦੀ। ਉਹਦਾ ਰੀਜ਼ਨ ਇਹ ਹੈ ਕਿਉਂਕਿ ਦੇਖੋ ਕਿੰਨੇ ਲੱਖ ਬੱਚਾ ਜਿਹੜਾ ਹੈਗਾ ਆਪਣਾ 12th ਤੋਂ ਬਾਅਦ ਇੱਥੇ ਨਿਕਲਦਾ, ਹੈ ਨਾ। 12th ਤੋਂ ਬਾਅਦ ਫਿਰ ਉਹ ਗ੍ਰੈਜੂਏਸ਼ਨ ਕਰੂਗਾ 3 ਸਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹਨੂੰ ਫਿਰ ਸੋਚਣਾ ਪਊਗਾ ਕਿ ਅੱਛਾ ਮੈਂ
ਗਵਰਨਮੈਂਟ ਜੋਬ ਕਰਨੀ ਹੈ ਜਾਂ ਮੈਂ ਕੋਈ ਬਿਜ਼ਨਸ ਕਰਨਾ ਜਾਂ ਮੈਂ ਕਿਤੇ ਪ੍ਰਾਈਵੇਟ ਸੈਕਟਰ 'ਚ ਜੋਬ ਕਰਨੀ ਹੈ ਨਾ, ਔਰ ਜੇ ਆਪਾਂ ਗਵਰਨਮੈਂਟ ਜੋਬ ਦੀ ਗੱਲ ਕਰਦੇ ਹਾਂ ਤਾਂ ਗਵਰਨਮੈਂਟ ਜੋਬ ਪੰਜਾਬ ਦੇ ਵਿੱਚ ਕਿੰਨੀਆਂ ਕੁ ਨਿਕਲਦੀਆਂ ਨੇ ਇਹ ਆਪਾਂ ਨੂੰ ਪਤਾ ਹੈ ਸਾਰਾ, ਹੈ ਨਾ, ਕਿ ਕਿੰਨਾ ਕੁ ਬੱਚਾ ਜਿਹੜਾ ਹੈਗਾ ਉਹ ਗਵਰਨਮੈਂਟ ਜੋਬ ਲੈ ਲੂਗਾ। ਐਂਡ ਸੈਕਿੰਡਲੀ ਜਿਹੜਾ ਉਸਦੇ ਸੀਗਾ ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਸੈਕਟਰ ਆਪਣੇ ਪੰਜਾਬ ਦੇ ਵਿੱਚ ਕੋਈ ਇੱਦਾਂ ਦੀ ਇੰਡਸਟਰੀ ਨਹੀਂ ਆ ਰਹੀ ਕਿ ਜਿਹਦੇ 'ਚ ਬੱਚਾ ਸੋਚੂਗਾ ਕਿ ਮੈਂ ਅਪ ਲੈਵਲ 'ਤੇ ਜਾ ਸਕੂੰਗਾ, ਹੈ ਨਾ। ਅਤੇ ਮਤਲਬ ਹਜੇ ਵੀ ਆਪਾਂ ਕਹਿ ਸਕਦੇ ਹਾਂ ਕਿ ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਇਹ ਫਿਰ ਤੋਂ ਬੱਚੇ ਚਾਹੁੰਣਗੇ, ਕਿਉਂਕਿ ਉੱਥੇ ਇੱਕ ਇੱਕ ਨੋਰਮਲ ਘਰ ਦਾ ਬੱਚਾ ਜਾ ਕੇ ਵੀ ਉਹ ਆਪਣੀ ਫੀਸਸ ਵੀ ਕੱਢ ਰਿਹਾ ਹੈਗਾ, ਆਪਣੇ ਖਰਚੇ ਵੀ, ਲਿਵਿੰਗ ਐਕਸਪੈਂਸ ਵੀ ਕੱਢ ਰਿਹਾ ਹੈਗਾ, ਅਤੇ ਉਸ ਤੋਂ ਇਲਾਵਾ ਉਹ ਹਰ ਮੰਥ ਆਪਦੇ ਘਰਦਿਆਂ ਨੂੰ ਵੀ ਸਪੋਰਟ ਕਰ ਰਿਹਾ। ਅੱਛਾ, ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਕਿਤੇ ਨਾ ਕਿਤੇ ਬੱਚੇ ਇੱਕ ਹੀ ਕੋਰਸ ਦੇ ਵਿੱਚ ਐਚ ਆਰ ਜਾਂ ਬਿਜ਼ਨਸ ਵਾਲੇ ਜਿਹੜੇ ਕੋਰਸਿਸ ਨੇ ਉਹਦੇ ਵਿੱਚ ਹੀ ਜ਼ਿਆਦਾ ਅਪਲਾਈ ਕਰ ਰਹੇ ਨੇ, ਬਾਕੀ ਜਿਹੜੇ ਸਕਿੱਲ ਵਾਲੇ ਹੋਰ ਕੀ ਕੋਰਸਿਸ ਨੇਗੇ, ਮੈਡੀਕਲ ਫੀਲਡ ਹੈ ਉਹਦੇ ਵਿੱਚ ਕੋਈ ਜਾ ਹੀ ਨਹੀਂ ਰਿਹਾ। ਤੁਸੀਂ ਮੈਨੂੰ ਦੱਸਿਆ ਸੀਗਾ ਕਿ ਕਿੰਨੇ, ਦੁਬਾਰਾ ਵੀ ਮੈਨੂੰ ਦੱਸਿਓ ਕਿਉਂਕਿ ਮੈਂ ਭੁੱਲ ਚੁੱਕਿਆ ਕਿ ਕਿੰਨੇ ਬਿਜ਼ਨਸ ਦੇ ਵਿੱਚ ਕਿੰਨੇ ਬੱਚੇ ਜਾ ਰਹੇ ਨੇ। 8 ਲੱਖ ਬੱਚਾ ਸੀਗਾ ਜਿਹੜਾ ਬਿਜ਼ਨਸ ਕੈਟੇਗਰੀ ਦੇ ਵਿੱਚ ਗਿਆ ਸੀ, ਤੇ 0.25% ਬੱਚਾ ਸੀਗਾ ਜਿਹੜਾ ਹੈਲਥ ਕੇਅਰ ਤੇ ਟ੍ਰੇਡ ਪ੍ਰੋਗਰਾਮ ਦੇ ਵਿੱਚ ਗਿਆ ਸੀ। ਮੈਨੂੰ ਲੱਗਦਾ ਕਿ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਬੱਚਿਆਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ, ਇੱਥੋਂ ਦੀ ਅਵੇਅਰਨੈਸ ਦੀ ਕਮੀ ਹੈ, ਇੱਥੋਂ ਦੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਕਿ ਕਿਹੜੇ ਕੋਰਸ ਦੇ ਵਿੱਚ ਜਾਣਾ। ਇੱਕ ਪੇੜ ਚਾਲ ਲੱਗੀ ਹੋਈ ਹੈ ਕਿ ਹਾਂ ਬਿਜ਼ਨਸ ਦੇ ਵਿੱਚ ਸਾਨੂੰ, ਬਿਲਕੁਲ, ਕਿਉਂਕਿ ਆਪਣਾ ਜਿਹੜਾ ਬੱਚਾ ਹੈਗਾ ਨਾ ਉਹ ਕਿਤੇ ਨਾ ਕਿਤੇ ਮਿਹਨਤ ਕਰਕੇ ਜਾਂ ਪੜ੍ਹ ਕੇ ਨਹੀਂ ਰਾਜੀ ਹੁੰਦਾ ਸੀਗਾ, ਹੈ ਨਾ। ਉਹਨਾਂ ਨੂੰ ਇਹ ਹੁੰਦਾ ਸੀ ਵੀ ਸਾਨੂੰ ਈਜ਼ੀ ਕੋਰਸ ਦਿੱਤਾ ਜਾਵੇ ਕਿ ਜਿਹਦੇ ਵਿੱਚ ਸਾਨੂੰ ਜ਼ਿਆਦਾ ਅਸਾਈਨਮੈਂਟਸ ਨਾ ਬਣਾਉਣੀਆਂ ਪੈਣ, ਸਾਡੀ ਸਟੱਡੀ ਟਫ ਨਾ ਹੋਵੇ, ਹੈ ਨਾ, ਕਿ ਅਸੀਂ ਆਪਦਾ ਉੱਥੇ ਜਾ ਕੇ ਸਟੱਡੀ ਵੀ ਈਜ਼ੀ ਕਰ ਲਈਏ ਅਤੇ ਨਾਲ ਅਸੀਂ ਆਪਦਾ ਕੰਮ ਕਰ ਲਈਏ ਕਿ ਸਾਨੂੰ ਕੋਈ ਬਰਡਨ ਨਾ ਰਹੇ ਸਟੱਡੀ ਦਾ, ਹੈ ਨਾ। ਉਹ ਸਭ ਤੋਂ ਵੱਡਾ ਮੇਨ ਰੀਜ਼ਨ ਸੀਗਾ ਕਿ ਜਿਹਦੇ ਕਰਕੇ ਇਹ ਪ੍ਰੋਬਲਮ ਹੋਈ, ਔਰ ਇਹੀ ਮੇਨ ਰੀਜ਼ਨ ਹੈ ਕਿ ਉੱਥੇ ਜਿਹੜੀ ਪ੍ਰੋਬਲਮ ਆ ਰਹੀ ਹੈ ਕੰਮ ਦੀ ਆ ਰਹੀ ਹੈ, ਅਤੇ ਕਿਉਂਕਿ 8 ਲੱਖ ਬੱਚੇ ਨੂੰ ਬਿਜ਼ਨਸ ਰਿਲੇਟਡ ਜੋਬ ਕਿੱਥੋਂ ਮਿਲੂਗੀ, ਹੈ ਨਾ। ਬਿਲਕੁਲ, ਅਤੇ ਇਸ ਟਾਈਮ 'ਤੇ ਦੇਖੋ ਟ੍ਰੇਡ ਕੋਰਸ ਦੇ ਵਿੱਚ ਕਿੰਨੀ ਈਜ਼ੀ ਪੀ ਆਰ ਹੈ। ਹੁਣ ਉਹੀ ਬੱਚੇ ਨੇ ਜਿਨ੍ਹਾਂ ਨੂੰ ਪੀ ਆਰ 'ਚ ਵੀ, ਉਹਨਾਂ ਬੱਚਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਜਿਹੜੇ ਬੱਚਿਆਂ ਦੇ ਕੋਲ ਕੋਰਸ ਜਿਹੜੇ ਸੀਗੇ ਬਿਜ਼ਨਸ ਦੇ ਸੀਗੇ ਅਤੇ ਉਹਨਾਂ ਦੇ ਕੋਲ ਰੈਲਵੈਂਟ ਆਪਣੀ ਉੱਥੇ ਜੋਬ ਨਹੀਂ ਸੀਗੀ, ਤਾਂ ਉਸੇ ਦੇ ਕਰਕੇ ਜਿਹੜਾ ਬੱਚਾ ਹੈਗਾ ਉਹ ਉੱਥੇ ਹੁਣ ਉਹਨੂੰ ਪੀਅਰ ਤੇ ਕੰਮ ਦੋਨਾਂ ਦੇ ਵਿੱਚ। ਅੱਛਾ, ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੂੰਗਾ ਕਿ ਜਿਹੜਾ 8 ਲੱਖ ਬੱਚਾ ਬਿਜ਼ਨਸ ਦੇ ਵਿੱਚ ਗਿਆ, ਆਪਾਂ ਇਸ ਨੂੰ ਗਲਤੀ ਮੰਨ ਰਹੇ ਹਾਂ ਕਿ ਇਹ ਗਲਤ ਚੀਜ਼ ਹੈ, ਇਸ ਦੇ ਵਿੱਚ ਜ਼ਿਆਦਾ ਗਲਤੀ ਕਿਹਦੀ ਹੈ? ਬੱਚਿਆਂ ਨੂੰ ਕਿਹਨੇ ਅਵੇਅਰ ਕਰਨਾ ਸੀ ਜਾਂ ਬੱਚਿਆਂ ਨੇ ਆਪ ਅਵੇਅਰ ਹੋਣਾ ਸੀ ਕਿ ਇਮੀਗ੍ਰੇਸ਼ਨ ਏਜੰਟਸ ਨੇ ਬੱਚਿਆਂ ਨੂੰ ਦੱਸਣਾ ਸੀ ਕਿ ਭਾਈ ਇਸ ਦੇ ਵਿੱਚ 8 ਲੱਖ ਬੱਚਾ ਜਾ ਰਿਹਾ, ਇੱਧਰ ਨੂੰ ਨਾ ਜਾਓ, ਜਾਂ ਫਿਰ ਉਹਨਾਂ ਦੇ ਕੋਈ ਅਜਿਹੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਗਾਈਡ ਕੀਤਾ ਜਾਵੇ? ਇੱਥੇ ਲੈਗ ਕਿੱਥੇ ਕੀਤਾ ਸਿਸਟਮ? ਦੇਖੋ, ਲੈਗ ਦੀ ਗੱਲ ਇਹ ਹੈ ਕਿਉਂਕਿ ਆਪਾਂ ਨਾ ਕਿਤੇ ਜਿਹੜੇ ਆਪਾਂ ਹੈਗੇ ਹਾਂ ਉਹਨਾਂ ਨੂੰ ਦੇਖੋ, ਇਹਦੇ ਵਿੱਚ ਦੋਨਾਂ ਤਰ੍ਹਾਂ ਦੀ ਗਲਤੀ ਮੈਂ ਇੱਕ ਹਿਸਾਬ ਨਾਲ ਮੰਨਦੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਨਾ ਬੱਚਾ ਹਰ ਕੋਈ ਬੱਚਾ ਜਿਹੜਾ ਹੈਗਾ ਇੱਥੇ ਉਹਦੀ ਆਪਦੀ ਡਿਮਾਂਡ ਹੁੰਦੀ ਹੈ। ਦੇਖੋ, ਮੈਂ ਕਿੰਨਾ ਮਰਜ਼ੀ ਬੱਚੇ ਨੂੰ ਕਾਉਂਸਲ ਕਰਦਾ ਕਿ ਬੇਟਾ ਤੂੰ ਓਨਟਾਰੀਓ ਨਹੀਂ ਜਾਣਾ ਜਾਂ ਤੂੰ ਬ੍ਰਿਟਿਸ਼ ਕੋਲੰਬੀਆ ਨਹੀਂ ਜਾਣਾ, ਇੰਨੀਆਂ ਕੈਨੇਡਾ ਦੇ ਵਿੱਚ ਇੱਦਾਂ ਦੀਆਂ ਪ੍ਰੋਵਿੰਸ ਨੇ ਜਿਨ੍ਹਾਂ ਦੇ ਵਿੱਚ ਈਜ਼ੀ ਪੀ ਆਰ ਹੈ, ਹੈ ਨਾ, ਈਜ਼ੀ ਉੱਥੇ ਤੁਹਾਨੂੰ ਜੋਬ ਮਿਲ ਜਾਏਗੀ, ਤੁਹਾਨੂੰ ਕੰਮ ਨੂੰ ਪ੍ਰੋਬਲਮ ਨਹੀਂ ਆਊਗੀ, ਬਟ ਫਿਰ ਵੀ ਬੱਚਾ ਜਾਣਾ ਪਸੰਦ ਨਹੀਂ ਕਰਦਾ ਕਿਉਂਕਿ ਉਹਦਾ ਮੇਨ ਰੀਜ਼ਨ ਹੁੰਦਾ ਕਿ ਉਹਦਾ ਰਿਲੇਟਿਵ, ਹੈ ਨਾ, ਔਰ ਇਹੀ ਮੇਨ ਰੀਜ਼ਨ ਸੀਗਾ ਜਿਹੜਾ ਓਨਟਾਰੀਓ ਦੇ ਵਿੱਚ ਸਭ ਤੋਂ ਵੱਧ ਕੈਪਿੰਗ ਕਰਨ ਦਾ 12th ਸਟੂਡੈਂਟਸ ਦੀ, ਕਿਉਂਕਿ ਔਰ ਇਹੀ ਰੀਜ਼ਨ ਹੈ ਕਿ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਾਲਜ ਸੀਗੇ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਟਰੈਕਟ ਨੇ ਉਹ ਕੈਂਸਲ ਕੀਤੇ ਅਤੇ ਉਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਕੀਤਾ ਕਿਉਂਕਿ ਜਿਹੜਾ ਬੱਚਾ ਹੈਗਾ ਉਹ ਉਸ ਏਰੀਏ ਦੇ ਵਿੱਚ ਹੀ ਨਾ ਆਵੇ, ਕਿਉਂਕਿ ਬੱਚਾ ਹੋਰ ਵੀ ਏਰੀਆ ਦੇਖੇ ਕੈਨੇਡਾ ਦਾ। ਅਤੇ ਹੁਣ ਇਹ ਚੀਜ਼ ਦਾ ਥੋੜ੍ਹਾ ਜਿਹਾ
ਫਰਕ ਨਜ਼ਰ ਆ ਰਿਹਾ, ਪਰ ਓਨਾ ਨਹੀਂ ਆ ਰਿਹਾ ਜਿਸ ਤਰੀਕੇ ਨਾਲ ਕੈਨੇਡਾ ਨੇ ਸੋਚਿਆ ਸੀਗਾ ਕਿ ਬੱਚੇ ਜਿਹੜੇ ਹੈਗੇ ਅਦਰ ਸਟੇਟ ਦੇ ਵਿੱਚ ਮੂਵ ਹੋਣਗੇ। ਬਟ ਅੱਜ ਦੇ ਟਾਈਮ ਵੀ ਤੁਸੀਂ ਬੱਚੇ ਨੂੰ ਕਿਸੇ ਨਾਲ ਵੀ ਗੱਲ ਕਰ ਲਓ, ਉਹਦਾ ਮੇਨ ਜਿਹੜੀ ਡਿਮਾਂਡ ਹੈਗੀ ਆ ਉਹ ਕਿਤੇ ਨਾ ਕਿਤੇ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਹੀ ਹੈ, ਕਿਉਂਕਿ ਜਿਹੜਾ ਬੱਚਾ ਉਹ ਇੱਕ ਹੀ ਚੀਜ਼ ਸਮਝ ਕੇ ਆਉਂਦਾ ਕਿ ਬਸ ਮੈਨੂੰ ਕੈਨੇਡਾ ਜਾਣਾ ਔਰ ਮੈਨੂੰ ਇਸ ਏਰੀਏ 'ਚ ਜਾਣਾ, ਉਹਨੂੰ ਕਿਹੜਾ ਕੋਰਸ ਮਿਲ ਰਿਹਾ ਕਿਹੜਾ ਕੋਲਜ ਮਿਲ ਰਿਹਾ ਉਹ ਮੈਟਰ ਨਹੀਂ ਕਰਦਾ, ਚੀਜ਼ਾਂ ਨਹੀਂ ਹੈਗੀਆਂ। ਪਹਿਲਾਂ ਉਹਦੀ ਆਪਸ਼ਨ ਇਹ ਹੁੰਦੀ ਹੈ ਕਿ ਮੈਂ ਇਸ ਸਿਟੀ ਦੇ ਵਿੱਚ ਜਾਣਾ ਅਤੇ ਮੈਂ ਇੰਨੀ ਤਰੀਕ ਨੂੰ ਪਹੁੰਚਣਾ, ਚਾਹੇ ਮੈਨੂੰ ਜਿਵੇਂ ਮਰਜ਼ੀ ਪਹੁੰਚਾਓ, ਕੋਈ ਫੰਡ ਯੂਜ਼ ਕਰੋ। ਜਿਹੜੀ ਇਹ ਉਹਦੀ ਐਜੂਕੇਸ਼ਨ ਹੈ ਜਿਸ ਦੇ ਬਲਬੂਤੇ 'ਤੇ ਉਹਨੂੰ ਵੀਜ਼ਾ ਮਿਲਿਆ, ਸਟੱਡੀ ਵੀਜ਼ੇ 'ਤੇ ਉਹ ਜਾ ਰਿਹਾ, ਉਹ ਸੈਕੰਡਰੀ ਹੋ ਜਾਂਦੀਆਂ ਨੇ ਬੱਚੇ ਦੇ ਲਈ। ਬਿਲਕੁਲ, ਕਿਉਂਕਿ ਉਹਦਾ ਮੇਨ ਮਕਸਦ ਇਹ ਹੁੰਦਾ ਕਿ ਮੈਂ ਕੈਨੇਡਾ ਪਹੁੰਚਣਾ, ਬਾਕੀ ਤਾਂ ਬੱਚੇ ਦਾ ਕੋਈ ਏਮ ਨਹੀਂ ਹੈਗਾ ਇਸ ਟਾਈਮ 'ਤੇ ਕਿ ਉਹਦਾ ਏਮ ਸਿਰਫ ਕੈਨੇਡਾ ਹੀ ਹੈ, ਹੋਰ ਕੋਈ ਏਮ ਨਹੀਂ ਹੈ। ਅੱਛਾ, ਇਸ ਤੋਂ ਇਲਾਵਾ ਜਦੋਂ ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਜਿਹੜੇ ਆਪਣੇ ਸੰਗਰੂਰ ਜਾਂ ਫਿਰ ਹੋਰ ਜਿਹੜੇ ਛੋਟੇ ਸ਼ਹਿਰਾਂ ਦੇ ਬੱਚੇ ਨੇ ਗੇ ਉਹ ਵੀਜ਼ਾ ਲਗਵਾਉਣ ਦੇ ਲਈ ਜਾਂ ਫਿਰ ਇਮੀਗ੍ਰੇਸ਼ਨ ਆਫਿਸ ਚੰਡੀਗੜ੍ਹ ਜਾਂ ਉੱਥੇ ਟ੍ਰਾਈ ਸਿਟੀ ਦੇ ਵਿੱਚ ਜਾ ਕੇ ਗੇੜੇ ਮਾਰਦੇ ਸੀ ਕਿ ਸਾਨੂੰ ਵੀਜ਼ਾ ਦੇ ਦਿਓ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਸੰਗਰੂਰ ਵਰਗਾ ਇੱਕ ਸ਼ਹਿਰ ਹੈ ਜਿਹੜਾ ਉਹ ਵੀ ਇੱਕ ਇਮੀਗ੍ਰੇਸ਼ਨ ਦਾ ਹੱਬ ਬਣਦਾ ਜਾ ਰਿਹਾ। ਚੰਡੀਗੜ੍ਹ ਤੋਂ ਬੱਚੇ ਜਿਹੜੇ ਉੱਥੇ ਦੇ ਵਸਨੀਕ ਨੇ ਉਹ ਇੱਧਰ ਨੂੰ ਆ ਰਹੇ ਨੇ ਗੇ ਵੀਜ਼ਾ ਲਗਵਾਉਣ ਦੇ ਲਈ, ਅਤੇ ਬਲੈਕਸਟੋਨ ਵੀ ਕਾਫੀ ਉਹਨਾਂ ਦੇ ਮਨਪਸੰਦੀਦਾ ਇਮੀਗ੍ਰੇਸ਼ਨ ਦੇ ਵਿੱਚੋਂ ਇੱਕ ਹੈ। ਇਹਦਾ ਕੀ ਕਾਰਨ ਹੈ? ਇਸ ਦਾ ਕਾਰਨ ਇਹ ਹੈ ਕਿ ਟਰੱਸਟ ਹੈ ਨਾ, ਕਿਉਂਕਿ ਜਦੋਂ ਆਪਾਂ ਕਿਸੇ ਅਦਰ ਸਿਟੀ ਦੇ ਵਿੱਚ ਜਾਂਦੇ ਹਾਂ, ਆਪਾਂ ਉਸ ਸਿਟੀ ਦੇ ਕਿਸੇ ਜਿਹੜਾ ਮੇਨ ਉਹਦਾ ਓਨਰ ਹੈ ਕੰਪਨੀ ਦਾ, ਉਹਨੂੰ ਆਪਾਂ ਨਹੀਂ ਜਾਣਦੇ, ਹੈ ਨਾ, ਜਾਣਦੇ ਨਹੀਂ ਹੁੰਦੇ, ਕਿਉਂਕਿ ਇਹ ਬਹੁਤ ਵੱਡੀ ਅਮਾਊਂਟ ਦੀ ਗੱਲ ਹੈ। ਇੱਕ ਬੱਚੇ ਦਾ 25 to 30 lakh ਰੁਪਇਆ ਲੱਗ ਰਿਹਾ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਜਾਣ ਦਾ, ਔਰ ਉਹ ਕਿਸੇ ਹੋਰ ਸਿਟੀ ਦੇ ਵਿੱਚ ਜਾ ਕੇ ਸਟਕ ਹੋ ਜਾਂਦਾ ਹੈਗਾ ਉੱਥੇ, ਹੈ ਨਾ, ਔਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਸ ਪਰਸਨ ਨਾਲ ਗੱਲ ਕਰ ਰਿਹਾ, ਇਹ ਕੌਣ ਹੈ, ਹੈ ਨਾ, ਤਾਂ ਉੱਥੇ ਕਿਤੇ ਨਾ ਕਿਤੇ ਜਿਹੜੀ ਸੀਗੀ ਉਹ ਪ੍ਰੋਬਲਮ ਆਉਂਦੀ ਸੀਗੀ। ਔਰ ਜਿਹੜੇ ਨੋਰਮਲ ਹੁਣ ਏਰੀਆ ਨੇ ਜਿੱਦਾਂ ਸੰਗਰੂਰ ਹੈ, ਹੈ ਨਾ, ਬਰਨਾਲਾ, ਇੱਥੇ ਜਿਹੜੇ ਇੰਸਟੀਟਿਊਟਸ ਨੇ ਹੁਣ, ਉਹਨਾਂ ਦਾ ਮੇਨ ਰੀਜ਼ਨ ਇਹੀ ਹੈ ਕਿ ਅਪ ਹੋ ਰਹੇ ਨੇ, ਕਿਉਂਕਿ ਬੱਚੇ ਦਾ ਟਾਈਮ ਵੀ ਨਹੀਂ ਖਰਾਬ ਹੋ ਰਿਹਾ, ਹਾਂ, ਪੈਸਾ ਵੀ ਨਹੀਂ ਖਰਾਬ ਹੋ ਰਿਹਾ, ਅਤੇ ਬੱਚੇ ਦਾ ਜਿਹੜਾ ਕੰਮ ਹੈ ਉਹ ਵੀ ਈਜ਼ੀ ਹੈ, ਅਤੇ ਦੂਸਰਾ ਬੱਚੇ ਨੂੰ ਆਉਣਾ ਜਾਣਾ ਸੌਖਾ ਹੈ, ਉਹਨਾਂ ਦੇ ਪੇਰੈਂਟਸ ਨੂੰ ਆਉਣਾ ਜਾਣਾ ਸੌਖਾ ਹੈ, ਹਾਰਡਲੀ 10 ਜਾਂ 15 ਮਿੰਟ ਦਾ ਰਸਤਾ ਹੁੰਦਾ, ਚਾਹੇ ਉਹ ਡੇਲੀ ਵੀ ਆ ਜਾਣ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਅਤੇ ਜੇ ਉਹ ਚੰਡੀਗੜ੍ਹ ਜਾਂ ਕਿਸੇ ਜਲੰਧਰ ਜਾਂ ਅੰਮ੍ਰਿਤਸਰ ਵਰਗੀ ਸਿਟੀ 'ਚ ਜਾਂਦੇ ਨੇ, ਤਾਂ ਉਹਨਾਂ ਨੂੰ ਪਹਿਲਾਂ ਪਲਾਨ ਕਰਨਾ ਹੁੰਦਾ ਵੀ ਮੈਂ ਜਾਣਾ। ਬਿਲਕੁਲ, ਹੈ ਨਾ। ਇਸ ਤੋਂ ਇਲਾਵਾ ਫਰੋਡ ਵੀ ਇਸ ਇੰਡਸਟਰੀ ਦੇ ਵਿੱਚ ਬਹੁਤ ਹੈ, ਅਜਿਹੇ ਕੇਸਿਸ ਵੀ ਸਾਡੇ ਕੋਲ ਕਈ ਆਉਂਦੇ ਨੇ ਗੇ ਕਿ ਉਸ ਤੋਂ ਕਿਵੇਂ ਬਚਿਆ ਜਾਵੇ? ਦੇਖੋ, ਫਰੋਡ ਜਿਹੜਾ ਹੈਗਾ ਨਾ, ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਕਿ ਉਹ ਬੱਚੇ 'ਤੇ ਡਿਪੈਂਡ ਕਰਦਾ ਹੈ ਜਾਂ ਉਹਦੇ ਪੇਰੈਂਟਸ 'ਤੇ ਡਿਪੈਂਡ ਕਰਦਾ ਹੈਗਾ, ਹੈ ਨਾ। ਦੇਖੋ, ਫਰੋਡ ਕਰਨਾ ਜਿਹੜੀ ਸਾਡੀ ਇੰਡਸਟਰੀ ਆ ਉਹਨਾਂ ਲਈ ਵੀ ਗਲਤ ਹੈ, ਹੈ ਨਾ। ਬਟ ਜਦੋਂ ਤੁਹਾਨੂੰ ਸਾਰਾ ਕੁਛ ਅੱਜ ਦੇ ਟਾਈਮ ਦੇ ਉੱਤੇ ਸਾਰਾ ਕੁਛ ਸੋਸ਼ਲ ਮੀਡੀਆ ਦੇ ਉੱਤੇ ਪਿਆ ਹੈਗਾ, ਯੂਟਿਊਬ ਦੇ ਉੱਪਰ ਪਿਆ, ਆਫੀਸ਼ਲੀ ਸਾਈਟ ਦੇ ਉੱਪਰ ਪਿਆ, ਬਟ ਔਰ ਅੱਜ ਕੱਲ੍ਹ ਦੇ ਬੱਚੇ ਇੰਗਲਿਸ਼ ਉਹਨਾਂ ਨੂੰ ਆਉਂਦੀ ਹੈ, ਉਹ ਆਇਲਸ ਕਰਕੇ ਬਾਹਰ ਜਾ ਰਹੇ ਨੇ, ਹੈ ਨਾ। ਬਸ ਥੋੜ੍ਹਾ ਜਿਹਾ ਕਿੱਥੇ ਫਰਕ ਪੈ ਰਿਹਾ ਰਿਸਰਚ ਕਰਨ ਦੇ, ਜੇ ਉਹ ਬੱਚਾ ਸਰਚ ਕਰਕੇ ਸਾਰਾ ਕੁਛ ਦੇਖੂਗਾ ਤਾਂ ਮੈਨੂੰ ਲੱਗਦਾ ਕਿ ਇਹ ਫਰੋਡ ਘੱਟ ਜੂਗਾ। ਪਰ ਜਦੋਂ ਹੁਣ ਬੱਚਾ ਚਾਹੁੰਦਾ ਵੀ ਮੈਂ ਆਇਲਸ ਨਹੀਂ ਕਰਨੀ, ਮੈਂ ਪੀਟੀ ਨਹੀਂ ਕਰਨੀ, ਮੈਂ ਕੁਛ ਵੀ ਨਹੀਂ ਕਰਨਾ, ਬਸ ਮੈਨੂੰ ਤਾਂ ਜੀ ਤੁਸੀਂ ਇੱਥੇ ਪਹੁੰਚਾ ਦਿਓ, ਚਾਹੇ ਤੁਸੀਂ ਡੋਂਕੀ ਦੇ ਥਰੂ ਪਹੁੰਚਾ ਦਿਓ, ਚਾਹੇ ਤੁਸੀਂ ਮੇਰੇ ਫੇਕ ਡਾਕੂਮੈਂਟਸ ਲਾ ਲਓ,
ਫਿਰ ਉੱਥੇ ਜਿਹੜੀ ਹੈਗੀ ਆ ਬੱਚਾ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬੜਾਵਾ ਦੇ ਰਿਹਾ, ਮਤਲਬ ਕਿ ਬੜਾਵਾ ਦੇ ਰਿਹਾ, ਹਾਂ ਕਿ ਜੇ ਫਰੋਡ ਹੋ ਰਿਹਾ ਤਾਂ ਉਹ ਵੀ ਕਿਤੇ ਇਨਵੋਲਵ ਹੈ, ਉਹ ਵੀ ਪਤਾ ਤਾਂ ਹੁੰਦਾ ਹੀ ਹੈ ਕਿ ਇਦਾਂ ਨਹੀਂ ਹੋ ਸਕਦਾ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਜਾਂ ਜਿਹੜੇ ਫੇਕ ਡਾਕੂਮੈਂਟਸ ਤਿਆਰ ਕੀਤੇ ਜਾ ਰਹੇ ਨੇ, ਪਤਾ ਉਹਨੂੰ ਵੀ ਹੁੰਦਾ ਕਿ ਮੈਂ ਗਲਤ ਕਰ ਰਿਹਾ, ਪਰ ਮੈਨੂੰ ਲੱਗਦਾ ਕਿ ਜਦੋਂ ਲਾਲਚ ਅੱਗੇ ਉਹ ਅੱਖਾਂ ਨਹੀਂ ਹੋ ਜਾਂਦੀਆਂ। ਹੁਣ ਤੁਸੀਂ ਇੱਕ ਲੇਟੈਸਟ ਨਿਊਜ਼ ਨਹੀਂ ਦੇਖੀ ਸੀ ਜਿਹਦੇ ਵਿੱਚ 25 ਸਾਲ ਦਾ ਜਿਹੜਾ ਨੌਜਵਾਨ ਸੀਗਾ ਉਹ ਬਜ਼ੁਰਗ ਬਣ ਕੇ ਗਿਆ ਸੀਗਾ, ਹੈ ਨਾ? ਹੁਣ ਉਹਦੇ ਵਿੱਚ ਮੇਰੀ ਗੱਲ ਸੁਣੋ, ਗਲਤ ਹੈ ਹਾਂ, ਹੁਣ ਉਹਦੇ ਵਿੱਚ ਜਦੋਂ ਉਹਨੂੰ ਪਤਾ ਸੀਗਾ ਕਿ ਮੈਂ ਬਜ਼ੁਰਗ ਬਣਿਆ ਹੋਇਆ ਹੈਗਾ, ਕਿ ਉਹ ਇਗਨੋਰ ਕਰ ਦਿੰਦਾ ਵੀ ਮੈਂ ਨਹੀਂ ਬਣਨਾ, ਬਿਲਕੁਲ ਮਨਾ ਕਰ ਸਕਦਾ ਸੀ ਉਹ ਇਸ ਗੱਲ ਤੇ, ਬਟ ਉਹਨੇ ਨਹੀਂ ਕੀਤਾ, ਹੈ ਨਾ? ਕਿਉਂਕਿ ਉਹਨੂੰ ਵੀ ਪਤਾ ਸੀ, ਉਹ ਵੀ ਇਨਵੋਲਵ ਸੀਗਾ। ਤਾਂ ਕਹਿੰਦੇ ਹੁੰਦੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਤਾੜੀ ਹਮੇਸ਼ਾ ਦੋਨੋਂ ਹੱਥਾਂ ਨਾਲ ਵੱਜਦੀ ਆ। ਬਲੈਕਸਟੋਨ ਬਾਕੀ ਇਮੀਗ੍ਰੇਸ਼ਨ ਦੇ ਨਾਲੋਂ ਕਿਉਂ ਵੱਖਰਾ ਹੈ, ਕਿਉਂ ਬਲੈਕਸਟੋਨ ਦੇ ਵੱਲ ਬੱਚਿਆਂ ਨੂੰ ਆਉਣਾ ਚਾਹੀਦਾ, ਇਹ ਚੀਜ਼ ਦਾ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਟ੍ਰਾਂਸਪੇਰੈਂਟ ਸੀ, ਅਸੀਂ ਬਿਲਕੁਲ ਟ੍ਰਾਂਸਪੇਰੈਂਟ ਕੰਮ ਕਰਦੇ ਹਾਂ, ਸਟੂਡੈਂਟਸ ਨੂੰ ਹਰ ਇੱਕ ਨੂੰ ਪਤਾ ਹੁੰਦਾ ਹੈਗਾ ਕਿ ਮੇਰਾ ਕਿਸ ਕਾਲਜ ਦੇ ਵਿੱਚ ਅਪਲਾਈ ਹੋ ਰਿਹਾ, ਕਿਸ ਯੂਨੀਵਰਸਿਟੀ 'ਚ ਅਪਲਾਈ ਹੋ ਰਿਹਾ, ਮੇਰਾ ਕਿਹੜਾ ਕੋਰਸ ਹੈ, ਕਿਹੜਾ ਮੇਰਾ ਇਨਟੇਕ ਹੈ, ਔਰ ਜਿਹੜਾ ਮੈਂ ਪੈਸਾ ਭੇਜ ਰਿਹਾ ਉਹ ਮੇਰੇ ਕਾਲਜ ਦੇ ਕੋਲ ਜਾ ਰਿਹਾ, ਠੀਕ ਹੈ? ਦੂਸਰੀ ਗੱਲ ਹੈ ਕਿ ਆਸਟ੍ਰੇਲੀਆ ਨੂੰ ਲੈ ਕੇ ਜਿਹੜਾ ਸਾਡਾ ਹੈਗਾ ਕਾਫੀ ਸਟਰੋਂਗ ਹੈ, ਕੈਨੇਡਾ ਤਾਂ ਅਸੀਂ ਅਪਦੇ ਹੈਗੇ ਹੈਗੇ, ਬਟ ਅਸੀਂ ਆਸਟ੍ਰੇਲੀਆ ਦੇ ਵੀਜ਼ਾ ਵੀ ਓਨੇ ਹੀ ਅਪਦੇ ਹਾਂ, ਹੈ ਨਾ? ਔਰ ਇਸ ਟਾਈਮ ਤੇ ਸਭ ਨੇ ਜਿੱਦਾਂ ਕਿਹਾ ਹੋਇਆ ਕਿ ਤੁਸੀਂ ਵੀ ਕਿਹਾ ਹੋਊਗਾ ਕਿ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਆਉਂਦੇ, ਹੈ ਨਾ? ਹੈ ਨਾ, ਬਟ ਇੱਦਾਂ ਦੀ ਗੱਲ ਨਹੀਂ ਹੈ, ਕਿਉਂਕਿ ਸਾਡੇ ਜਿਹੜੇ ਲੇਟੈਸਟ ਵੀਜ਼ਾ ਨੇ ਤੁਸੀਂ ਦੇਖੋ, ਅਸੀਂ ਆਸਟ੍ਰੇਲੀਆ ਬਹੁਤ ਅੱਛੇ ਤਰੀਕੇ ਦੇ ਨਾਲ ਕਰ ਰਹੇ ਹਾਂ, ਹੈ ਨਾ? ਤਾਂ ਉਹ ਕਿਤੇ ਨਾ ਕਿਤੇ ਸਾਡੇ ਕੋਲ ਬੱਚਾ ਲੈ ਕੇ ਆ ਰਿਹਾ ਹੈਗਾ, ਕਿ ਜਦੋਂ ਬੱਚਾ ਰਿਜ਼ਲਟ ਦੇਖਦਾ ਹੈਗਾ ਤਾਂ ਬੱਚਾ ਫਿਰ ਆਏਗਾ, ਔਰ ਟਾਈਮ ਵੀ ਅਸੀਂ ਕੋਈ ਸਾਡਾ ਵੇਸਟ ਨਹੀਂ ਕਰਦੇ ਅਸੀਂ ਕਿਸੇ। ਇਸ ਤੋਂ ਇਲਾਵਾ ਜੇ ਮੈਂ ਅਚੀਵਮੈਂਟਸ ਦੀ ਗੱਲ ਕਰਾਂ ਤਾਂ ਬਲੈਕਸਟੋਨ ਦੀਆਂ ਕਿਹੜੀਆਂ ਉਹ ਅਚੀਵਮੈਂਟਸ ਨੇ ਜਿਹੜੀਆਂ ਬੱਚੇ ਨੂੰ ਤੁਹਾਡੇ ਕੋਲ ਆਉਣ ਦੇ ਲਈ ਮਜਬੂਰ ਕਰਨ? ਕਿੰਨੇ ਕੁ ਤੁਸੀਂ ਵੀਜ਼ਾ ਫਾਈਲ ਕਰਦੇ ਹੋ, ਕੀ ਤੁਹਾਡਾ ਸਕਸੈਸ ਰੇਟ ਹੈ? ਅਚੀਵਮੈਂਟਸ ਦੀ ਗੱਲ ਕਰੋ, ਅਚੀਵਮੈਂਟਸ ਦੇ ਵਿੱਚ ਸਭ ਤੋਂ ਵੱਡਾ ਤਾਂ ਮੈਂ ਮਤਲਬ ਕਿ ਮੈਂ ਇੱਕ ਹੀ ਚੀਜ਼ ਕਹਿ ਸਕਦੀ ਹਾਂ ਕਿ ਅਗਰ ਬਲੈਕਸਟੋਨ ਦੇ ਵਿੱਚ ਬੱਚਾ ਆ ਰਿਹਾ ਹੈਗਾ ਤਾਂ ਉਹਦਾ 90% ਉਹਦੇ ਵੀਜ਼ਾ ਲੱਗੇਗਾ, ਕਿਉਂਕਿ ਸਾਡਾ ਮੇਨ ਮਕਸਦ ਇਹੀ ਹੈ ਕਿ ਅਗਰ ਬੱਚੇ ਦੀ ਇਲੀਜੀਬਿਲਟੀ ਕੰਪਲੀਟ ਹੁੰਦੀ ਹੈ, ਜੇ ਉਹਦੇ ਵੀਜ਼ਾ ਦੇ ਚਾਂਸਸ ਹੈਗੇ ਨੇ, ਫਿਰ ਹੀ ਅਸੀਂ ਉਹਦੀ ਫਾਈਲ ਸਾਡਾ ਸਟਾਫ ਅਤੇ ਅਸੀਂ ਫੜਦੇ ਹਾਂ, ਅਦਰਵਾਈਜ਼ ਅਸੀਂ ਸਾਫ਼ ਮਨਾ ਕਰਦੇ ਹਾਂ। ਔਰ ਹੁਣੇ ਲੇਟੈਸਟ ਇੱਕ ਮੇਰੇ ਨਾਲ ਇੰਸੀਡੈਂਟ ਹੋਇਆ ਕਿ ਮੈਂ ਅੱਜ ਤੋਂ 4 ਮੰਥ ਪਹਿਲਾਂ ਇੱਕ ਬੱਚੇ ਨੂੰ ਮਨਾ ਕੀਤਾ ਕਿ ਵੀ ਬੇਟਾ ਹਾਲੇ ਤੇਰੇ ਲਈ ਰਾਈਟ ਟਾਈਮ ਨਹੀਂ ਅਪਲਾਈ ਕਰਨ ਦਾ, ਯੂ ਹੈਵ ਟੂ ਵੇਟ ਐਟਲੀਸਟ 3 to 4 months। ਬਟ ਉਹਨੇ ਵੇਟ ਨਹੀਂ ਕੀਤਾ, ਉਹ ਕਿਸੇ ਹੋਰ ਕੰਸਲਟੈਂਟ ਕੋਲ ਗਿਆ ਤੇ ਆਪਣੀ ਫਾਈਲ ਜਿਹੜੀ ਹੈਗੀ ਉੱਥੇ ਲਗਾਤੀ, ਹੈ ਨਾ? ਤੇ ਹੁਣ ਉੱਥੇ ਉਹਦਾ ਕੋਈ ਰਿਸਪੋਂਸ ਨਹੀਂ ਆਇਆ, ਦੁਬਾਰਾ ਫਿਰ ਆਇਆ, ਤੇ ਅੱਜ ਮੇਰੇ ਕੋਲ ਉਹ ਫਿਰ ਆਇਆ ਔਰ ਮੈਨੂੰ ਕਾਲ ਕੀਤੀ ਕਿ ਮੈਮ ਮੈਂ ਤੁਹਾਨੂੰ ਮਿਲਿਆ ਸੀ ਇੰਨਾ ਟਾਈਮ ਪਹਿਲਾਂ ਔਰ ਮੇਰੀ ਹੁਣ ਤੁਸੀਂ ਫਾਈਲ ਲਿਓ, ਔਰ ਮੇਰਾ ਸੇਮ ਆਨਸਰ ਸੀ ਕਿ ਯੂ ਹੈਵ ਟੂ ਵੇਟ, ਕਿਉਂਕਿ ਤੇਰਾ ਇਹ ਰਾਈਟ ਟਾਈਮ ਹੈ ਹੀ ਨਹੀਂ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਇਹ ਬੱਚੇ ਦੀ ਪ੍ਰੋਫਾਈਲ ਜਿਹੜੀ ਹੈਗੀ ਹੈ ਕਦੋਂ ਐਕਸੈਪਟ ਹੋਣੀ ਆ, ਉਹਦੇ ਕੀ ਡਾਕੂਮੈਂਟਸ ਉਹਦੇ ਪੈਂਡਿੰਗ ਨੇ, ਉਹਨੂੰ ਅਸੀਂ ਉਹ ਬੱਚੇ ਨੂੰ ਪ੍ਰਪੇਅਰ ਕਰਦੇ ਹਾਂ ਕਿ ਤੇਰੇ ਇਹ ਡਾਕੂਮੈਂਟਸ ਨੇ, ਅਸੀਂ ਕੋਈ ਫੇਕ ਡਾਕੂਮੈਂਟਸ ਰੈਡੀ ਨਹੀਂ ਕਰਦੇ, ਜਾਂ ਨਾ ਅਸੀਂ ਕਿਸੇ ਬੱਚੇ ਨੂੰ ਕਹਿੰਦੇ ਹਾਂ ਕਿ ਤੁਸੀਂ ਫੇਕ ਡਾਕੂਮੈਂਟ ਲਓ, ਅਸੀਂ ਉਹਨੂੰ ਕਹਿੰਦੇ ਹਾਂ ਕਿ ਤੁਸੀਂ ਟਾਈਮ ਲਓ, ਇੰਨੇ ਟਾਈਮ ਦੇ ਵਿੱਚ ਆਪਣੇ ਜਿਹੜੇ ਡਾਕੂਮੈਂਟਸ ਨੇ ਉਹਨੂੰ ਆਪਣੀ ਫਾਈਲ ਨੂੰ ਉਹਨੂੰ ਗਾਈਡ ਕਰਦੇ ਹਾਂ ਕਿ ਰੈਡੀ ਕਰੋ, ਉਸ ਤੋਂ ਬਾਅਦ ਹੀ ਆਪਦਾ ਹੈਗਾ ਜਿਹੜਾ ਪ੍ਰੋਸੈਸ ਸਟਾਰਟ ਕਰਿਓ। ਚਲੋ, ਮੈਨੂੰ ਲੱਗਦਾ ਕਿ ਸਾਰੇ ਸਵਾਲ ਜਿਹੜੇ ਮੇਰੇ ਸੀ ਉਹ ਤਾਂ ਖਤਮ ਹੋ ਚੁੱਕੇ ਨੇ। ਜੇ ਤੁਹਾਡਾ ਕੋਈ ਵੀ ਤੁਸੀਂ ਕੋਈ ਗੱਲ ਬੱਚਿਆਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ। ਦੇਖੋ, ਗੱਲ ਇਹ ਹੈ ਕਿ ਇਸ ਟਾਈਮ 'ਤੇ ਕਿਸੇ ਵੀ ਕੰਟਰੀ ਨੇ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ, ਉਹ ਹਲੇ ਵੀ ਓਪਨ ਨੇ, ਬਟ ਸਿਰਫ ਉਹਨਾਂ ਨੇ
ਕੁਛ ਸਟ੍ਰਿਕਨੈਸ ਕੀਤੀ ਹੈ, ਉਹ ਵੀ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੀਨੀਅਰ ਲੈ ਲਿਆ ਸੀਗਾ ਕੈਨੇਡਾ ਜਾਂ ਆਸਟ੍ਰੇਲੀਆ ਨੂੰ, ਤਾਂ ਉਹ ਇੱਕ ਫਿਲਟਰੇਸ਼ਨ ਕਰ ਰਹੇ ਨੇ ਕਿ ਸਾਡੇ ਕੋਲ ਉਹੀ ਬੱਚਾ ਆਵੇ ਜਿਹੜਾ ਵਾਕਿਆ ਦੇ ਵਿੱਚ ਪੜ੍ਹਨਾ ਚਾਹੁੰਦਾ ਹੈਗਾ ਅਤੇ ਜਾਂ ਕੁਛ ਬਣਨਾ ਚਾਹੁੰਦਾ ਹੈਗਾ, ਠੀਕ ਆ। ਔਰ ਅਗਰ ਤੁਸੀਂ ਇਹ ਰੂਲਸ ਨੂੰ ਰਿਕੁਆਇਰਮੈਂਟਸ ਨੂੰ ਕੰਪਲੀਟ ਕਰਕੇ ਆਪਣੀ ਫਾਈਲ ਕਿਤੇ ਵੀ ਲਾ ਰਹੇ ਹੋ, ਕਿਸੇ ਵੀ ਕੰਸਲਟੈਂਟ ਕੋਲ ਲਾ ਰਹੇ ਹੋ, ਤਾਂ ਤੁਹਾਡਾ ਵੀਜ਼ਾ ਆਏਗਾ ਹੀ, ਕਿਉਂਕਿ ਜੇ ਵੀਜ਼ਾ ਕੈਨੇਡਾ ਜਾਂ ਆਸਟ੍ਰੇਲੀਆ ਨੇ ਨਹੀਂ ਦੇਣਾ ਹੁੰਦਾ ਤਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਫਾਈਲ ਵੀ ਨਾ ਅਸੈਪਟ ਕਰਦੇ ਹੋ, ਐਡਮਿਸ਼ਨ ਹੀ ਨਾ ਦਿੰਦੇ ਹੋ। ਅਗਰ ਤੁਸੀਂ ਵੀ ਕੈਨੇਡਾ, ਆਸਟ੍ਰੇਲੀਆ ਜਾਂ ਫਿਰ UK ਕਿਸੇ ਵੀ ਕੰਟਰੀ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਔਰ ਡਾਇਰੈਕਟਲੀ ਮੈਨੂੰ ਮਿਲ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਜੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਸਾਡੇ ਨੀਚੇ ਇੱਥੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ। ਮੈਂ ਤੁਹਾਡੇ ਤੋਂ ਚਾਹੂੰਗਾ ਕਿ ਤੁਸੀਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਵੀ ਕਮੈਂਟ ਹੋਣਗੇ ਉਹਨਾਂ ਨੂੰ ਪੜ੍ਹ ਕੇ, ਜਿਹੜੀਆਂ ਸਾਡੇ ਵਿਊਰਸ ਦੀਆਂ ਕੋਈ ਵੀ ਕੁਐਰੀਜ਼ ਹੋਣਗੀਆਂ ਉਹਨਾਂ ਦੇ ਜਵਾਬ ਜ਼ਰੂਰ ਦੇਵੋਂਗੇ। ਅਤੇ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਦੋਂ ਵੀ ਕਿਸੇ ਇਮੀਗ੍ਰੇਸ਼ਨ ਕੋਲ ਜਾਂਦੇ ਹੋ ਜਾਂ ਫਿਰ ਜਦੋਂ ਤੁਸੀਂ ਬਾਹਰ ਜਾਣ ਬਾਰੇ ਸੋਚਦੇ ਹੋ ਤਾਂ ਆਪਣੀ ਵੀ ਤਿਆਰੀ ਰੱਖਿਆ ਕਰੋ ਪੂਰਾ। ਜਿਸ ਤਰੀਕੇ ਨਾਲ ਮੈਮ ਹੋਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਤੁਹਾਨੂੰ ਸਭ ਕੁਝ ਮਿਲ ਜੂਗਾ, ਪਰ ਜ਼ਰੂਰਤ ਹੈ ਤੁਹਾਡੇ ਅਵੇਅਰ ਹੋਣ ਦੀ। ਤੁਸੀਂ ਰਿਸਰਚ ਕਰਕੇ ਹੀ ਕਿਸੇ ਇਮੀਗ੍ਰੇਸ਼ਨ ਆਫਿਸ 'ਤੇ ਜਾਇਆ ਕਰੋ ਤਾਂ ਜੋ ਠੱਗੀ ਤੋਂ ਬਚ ਸਕੋ। ਕੈਮਰਾ ਪਰਸਨ ਕਰਨ ਦੇ ਨਾਲ ਧੰਨਵਾਦ।